ਹੈਲੋ ਦੋਸਤੋ, ਇਹ ਹੈ ਮੇਰਾ ਵੀਡੀਓ ਦਾ ਹੈਲਪਡੈਸਕ। ਅਤੇ ਦੋਸਤੋ, ਅੱਜ ਆਪਾਂ ਖੜ੍ਹੇ ਹਾਂ ਬਰਨਾਲਾ ਸ਼ਹਿਰ ਦੇ ITI ਚੌਂਕ 'ਤੇ। ਦੋਸਤੋ, ਇਹ ਹੈ ITI ਚੌਂਕ ਜਿਹੜਾ ਤੁਹਾਨੂੰ ਮੇਰੇ ਪਿੱਛੇ ਦਿਖਾਈ ਦੇ ਰਿਹਾ। ਅਤੇ ਦੋਸਤੋ, ਇੱਥੋਂ ਹੀ ਆਲਮੋਸਟ ਜੇ ਆਪਾਂ ਦੇਖੀਏ ਤਾਂ ਬਰਨਾਲਾ ਸ਼ਹਿਰ ਦੀ ਸ਼ੁਰੂਆਤ ਹੁੰਦੀ ਹੈ। ਪਰ ਦੇਖੋ, ਪਿਛਲੇ ਚੈਪਟਰ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਤਾਂ ਦੋਸਤੋ, ਮੈਂ ਤੁਹਾਨੂੰ ਅਗਲਾ ਜਿਹੜਾ ਵੀ ਮਤਲਬ ਆਪਣਾ ਚੌਂਕ ਹੈ ਮੈਂ ਤੁਹਾਨੂੰ ਉੱਥੋਂ ਦੱਸਿਆ ਸੀ। ਪਰ ਜੇ ਦੇਖੀਏ ਦੋਸਤੋ, ਸ਼ਹਿਰ ਦੀ ਸ਼ੁਰੂਆਤ ਅਸਲੀ ਇਹ ਚੌਂਕ ਤੋਂ ਹੁੰਦੀ ਹੈ। ਦੋਸਤੋ, ਇਹ ਹੈ ITI ਚੌਂਕ ਜਿਹੜਾ ਤੁਹਾਨੂੰ ਮੇਰੇ ਪਿੱਛੇ ਦਿਖਾਈ ਦੇ ਰਿਹਾ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਵਿਊ ਵੀ ਦਿਖਾਉਣਾ ਤੁਹਾਨੂੰ ਕਿਸ ਤਰ੍ਹਾਂ ਦਾ। ਅਤੇ ਦੋਸਤੋ, ਇੱਥੋਂ ਆਪਣੇ ਬਰਨਾਲਾ ਸ਼ਹਿਰ ਦੀ ਸ਼ੁਰੂਆਤ ਹੁੰਦੀ ਹੈ। ਅਤੇ ਆਪਾਂ ਅੱਜ ਦੇ ਇਹ ਜਿਹੜਾ ਚੈਪਟਰ ਹੈ ਇਹਦੀ ਆਪਾਂ ਸ਼ੁਰੂਆਤ ਕਰਦੇ ਹਾਂ। ਦੇਖੋ ਦੋਸਤੋ, ਇੱਥੋਂ ਇਹ ਜਿਹੜਾ ਰੋਡ ਹੈ ਇਹ ਜਾ ਰਿਹਾ ਲੁਧਿਆਣਾ ਰੋਡ, ਮਤਲਬ ਲੁਧਿਆਣੇ ਵੱਲ ਨੂੰ। ਅਤੇ ਇੱਧਰਲੇ ਪਾਸੇ ਜਿਹੜਾ ਆਪਾਂ ਨੂੰ ਦੂਸਰੇ ਪਾਸੇ ਰੋਡ ਦਿਖਾਈ ਦੇ ਰਿਹਾ ਇਹ ਹੈ ਮੋਗਾ ਰੋਡ, ਇਹ ਮੋਗੇ ਵੱਲ ਨੂੰ ਜਾ ਰਿਹਾ। ਅਤੇ ਦੋਸਤੋ, ਹੁਣ ਮੈਂ ਤੁਹਾਨੂੰ ਜਿਹੜਾ ਰੋਡ ਦਿਖਾਉਂਦਾ ਇਹ ਸ਼ਹਿਰ ਦੇ ਅੰਦਰ ਆਉਂਦਾ, ਮਤਲਬ ਕਿ ਸ਼ਹਿਰ ਵੱਲ ਨੂੰ ਆਉਂਦਾ। ਦੋਸਤੋ ਦੇਖੋ, ਮੈਂ ਇਹ ਜਿਹੜੀ ਵੀਡੀਓ ਬਣਾਈ ਹੈ ਇਹ 3 ਦਿਨ ਪਹਿਲਾਂ ਬਣਾਈ ਹੈ। ਅਤੇ ਦੋਸਤੋ, 3 ਦਿਨਾਂ ਦੇ ਅੰਦਰ ਅੰਦਰ ਹੀ ਦੇਖੋ ਤੁਸੀਂ ਇਹ ਜਿਹੜੇ ਰੋਡ ਹੈ ਇਹ ਕਿੰਨੀ ਚੇਂਜਸ ਹੋ ਜਾਏਗੀ। ਮਤਲਬ ਦੋਸਤੋ, ਮੈਂ ਜਦੋਂ ਇਹ ਵੀਡੀਓ ਬਣਾਈ ਸੀ ਮੈਂ ਇਸ ਕਰਕੇ ਹੀ ਥੋੜ੍ਹਾ ਜਿਹਾ ਪੌਜ਼ ਕੀਤਾ ਸੀ, ਥੋੜ੍ਹਾ ਜਿਹਾ ਰੋਕ ਲਿਆ ਸੀ ਆਪਣਾ ਜਿਹੜਾ ਇਹ ਕੰਮ ਹੈ, ਤਾਂ ਕਰਕੇ ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਸ਼ਹਿਰ ਦੇ ਵਿੱਚ ਪੂਰੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ। ਦੋਸਤੋ, ਇਸ ਟਾਈਮ ਤੁਸੀਂ ਰੋਡ ਦੇਖੋ ਬਿਲਕੁਲ ਹੀ ਖਾਲੀ ਖਾਲੀ ਹੈ। ਅਤੇ ਦੋਸਤੋ, ਇਹ ਜਿਹੜਾ ਰੋਡ ਹੈ ਮਤਲਬ ਧਨੌਲਾ ਰੋਡ ਜਿੱਥੋਂ ਸ਼ੁਰੂਆਤ ਹੁੰਦੀ ਹੈ, ਇਹਦੇ ਆਲੇ ਦੁਆਲੇ ਕੁਛ ਨਹੀਂ ਹੈ। ਇਹਦੇ ਆਲੇ ਦੁਆਲੇ ਮਤਲਬ ਜਾਂ ਤਾਂ ਗੈਰੇਜਸ ਨੇ ਜਾਂ ਫਿਰ ਦੋਸਤੋ ਥੋੜ੍ਹੇ ਮੋਟੇ ਸਪੇਅਰ ਪਾਰਟ ਦੀਆਂ ਦੁਕਾਨਾਂ ਨੇ। ਪਰ ਦੋਸਤੋ ਦੇਖੋ, ਮੈਂ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਮਤਲਬ ਕਿ ਹਰ ਤਰ੍ਹਾਂ ਦੀ ਜਾਣਕਾਰੀ ਦੇਣੀ ਹੈ, ਹਰ ਸ਼ਹਿਰ ਦੇ ਵਿੱਚ ਕੀ ਕੁਛ ਹੈ, ਕਿਸ ਤਰ੍ਹਾਂ ਦਾ ਬਾਜ਼ਾਰ ਹੈ, ਕਿਸ ਤਰ੍ਹਾਂ ਦੀ ਮਾਰਕੀਟ ਹੈ, ਮੈਂ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦਊਂਗਾ। ਇਸ ਕਰਕੇ ਦੋਸਤੋ ਦੇਖੋ, ਇਹ ਜਿਹੜਾ ਮਤਲਬ ਆਪਣਾ ਚੈਪਟਰ ਹੈ ਦੋਸਤੋ, ਇਹ ਆਪਾਂ ਸ਼ਹਿਰ ਦੇ ਵਿੱਚ ਐਂਟਰ ਤਾਂ ਹੋ ਗਏ, ਪਰ ਦੋਸਤੋ ਆਪਣਾ ਜਿਹੜੇ ਪਾਸੇ ਸ਼ਹਿਰ ਦੇ ਵਿੱਚ ਐਂਟਰ ਹੋਏ ਦੋਸਤੋ, ਉਸ ਪਾਸੇ ਕੀ ਚੀਜ਼ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ। ਇਹ ਦੇਖੋ, ਇਹ ਹੈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਜਿਹਨੂੰ BGS ਸਕੂਲ ਕਹਿੰਦੇ ਨੇ। ਦੋਸਤੋ, ਸ਼ਹਿਰ ਦੇ ਵਿੱਚ ਐਂਟਰ ਹੋਣ ਤੋਂ ਥੋੜ੍ਹਾ ਜਿਹਾ ਦੂਰ, ਅਤੇ ਇਸ ਦੇ ਨਾਲ ਹੀ ਦੋਸਤੋ ਇੱਕ ਸੇਵਾ ਕੇਂਦਰ ਹੈ, ਸੇਵਾ ਕੇਂਦਰ ਦੇ ਨਾਲ ਹੀ ਸਰਕਾਰੀ ITI ਹੈ। ਮੈਂ ਤੁਹਾਨੂੰ ਇਹੀ ਜਿਹੜਾ ਚੈਪਟਰ ਇਹੀ ਮੈਂ ਰਾਤ ਦਾ ਵੀ ਦਿਖਾਊਂਗਾ, ਕਿਉਂਕਿ ਮੈਂ ਰਾਤ ਦੇ ਵਿੱਚ ਇਹ ਜਿੰਨਾ ਵੀ ਮੈਂ ਸ਼ੂਟ ਕੀਤਾ ਦੋਸਤੋ ਉਹ ਮੈਂ ਰਾਤ ਦਾ ਵਿਊ ਵੀ ਲਿਆ। ਦੇਖੋ, ਕੁਛ ਨਹੀਂ ਹੈ ਦੋਸਤੋ, ਦੇਖੋ ਇਹ ਮਤਲਬ ਰੋਡ 'ਤੇ ਤਾਂ, ਇਸ ਰੋਡ 'ਤੇ ਤਾਂ ਬਸ ਸਪੇਅਰ ਪਾਰਟ ਦੀਆਂ ਦੁਕਾਨਾਂ ਜਾਂ ਫਿਰ ਛੋਟੀਆਂ ਮੋਟੀਆਂ ਕਰਿਆਨੇ ਦੀਆਂ ਦੁਕਾਨਾਂ, ਹੋਰ ਇੱਥੇ ਕੁਛ ਵੀ ਨਹੀਂ ਹੈ। ਦੋਸਤੋ ਦੇਖੋ, ਮੈਂ ਤਾਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ। ਇਹ ਦੇਖੋ, ਇਹ ਜਿਹੜੀ ਮਿੱਟੀ ਆਪਾਂ ਨੂੰ ਨਜ਼ਰ ਆ ਰਹੀ ਹੈ ਦੋਸਤੋ, ਇਹ ਕੰਸਟਰਕਸ਼ਨ ਦਾ ਕੰਮ ਹਜੇ ਚੱਲ ਰਿਹਾ ਹੈ। ਇਹ ਹੈ TVS 2-wheeler ਧਨੌਲਾ ਰੋਡ 'ਤੇ। ਇਹ ਹੈ ਇੱਕ ਕਲੋਨੀ, ਇਹਦੇ ਨਾਲ ਹੀ ਬਹੁਤ ਵਧੀਆ ਕਲੋਨੀ ਹੈ। ਰੋਡ ਬਿਲਕੁਲ ਸਾਫ਼, ਹਜੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਇਸ ਕਰਕੇ ਇਹ ਹੈ ਪੈਟਰੋਲ ਪੰਪ ਧਨੌਲਾ ਰੋਡ ਦੇ ਉੱਤੇ, ਜਿਹੜਾ ਪੈਟਰੋਲ ਪੰਪ ਹੈ ਉਹ। ਇਹ ਹੈ ਟਰੈਕਟਰਾਂ ਦੀ ਏਜੰਸੀ ਜੌਨ ਡੀਅਰ।
ਦੋਸਤੋ ਇਹ ਸ਼ਹਿਰ ਦਾ ਧਨੌਲਾ ਰੋਡ ਹੈ ਜਿਹਦੇ ਵਿੱਚੋਂ ਆਪਾਂ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਅਤੇ ਹੁਣ ਇਹੀ ਜਿਹੜਾ ਰੋਡ ਹੈ ਇਹੀ ਮੈਂ 3 ਦਿਨਾਂ ਬਾਅਦ ਜਿਹੜਾ ਮੈਂ ਸ਼ੂਟ ਕੀਤਾ ਉਹੀ ਮੈਂ ਤੁਹਾਨੂੰ ਦਿਖਾਉਣਾ ਰਾਤ ਦੇ ਵਿਊ 'ਚ। ਹੁਣ ਤੁਸੀਂ ਇਹੀ ITA ਚੌਂਕ ਜਿਹਨੂੰ ਰਵਿਦਾਸ ਚੌਂਕ ਕਹਿੰਦੇ ਨੇ ਦੇਖੋ ਦੋਸਤੋ ਉਹੀ ਵਿਊ ਮੈਂ ਤੁਹਾਨੂੰ ਜਿਹੜਾ ਸਵੇਰੇ ਮਤਲਬ ਕਿ ਜਿਹੜਾ ਮੈਂ ਤੁਹਾਨੂੰ ਦੁਪਹਿਰ ਦਾ ਵਿਊ ਦਿਖਾਇਆ ਸੀ ਉਹੀ ਮੈਂ ਤੁਹਾਨੂੰ ਹੁਣ ਸ਼ਾਮ ਦਾ ਮਤਲਬ ਰਾਤ ਦਾ ਵਿਊ ਦਿਖਾ ਰਿਹਾ। ਕਿੰਨਾ ਚੇਂਜ ਹੋ ਚੁੱਕਿਆ ਇਹ ਰੋਡ ਇੱਕ ਹਾਈਵੇ ਦੀ ਤਰ੍ਹਾਂ ਬਣ ਚੁੱਕਿਆ। ਦੋਸਤੋ 3 ਦਿਨਾਂ ਬਾਅਦ ਦਾ ਇਹ ਵਿਊ ਹੈ ਇਹ ਜਿਹੜੇ ਪੌਦੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਇਹ ਨਵੇਂ ਹੀ ਲਗਾਏ ਨੇ। ਇਹ ਹੈ ਸੇਵਾ ਕੇਂਦਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਐਂਟਰ ਹੋਣ ਸਮੇਂ ਹੀ ਇੱਕ ਸੇਵਾ ਕੇਂਦਰ ਆਉਂਦਾ ਹੈ ਮੈਂ ਤੁਹਾਨੂੰ ਸ਼ਾਇਦ ਦਿਨ ਦੇ ਵਿਊ ਦੇ ਵਿੱਚ ਨਹੀਂ ਦਿਖਾ ਸਕਿਆ। ਇਹਦੇ ਨਾਲ ਹੀ ਸਰਕਾਰੀ ITI ਹੈ ਸਰਕਾਰੀ ITI ਬੋਇਜ਼ ਬਰਨਾਲਾ ਇਸੇ ਕਰਕੇ ਇਹ ਜਿਹੜਾ ਚੌਂਕ ਇਹਨੂੰ ITI ਚੌਂਕ ਵੀ ਕਹਿੰਦੇ ਨੇ। ਬਾਬਾ ਗੰਦਾ ਸਿੰਘ ਪਬਲਿਕ ਸਕੂਲ ਦੇਖੋ ਦੋਸਤੋ 3 ਦਿਨਾਂ ਦੇ ਅੰਦਰ ਹੀ ਰੋਡ ਨੂੰ ਕਿੰਨਾ ਚੇਂਜ ਕਰ ਦਿੱਤਾ ਹੈ।
ਸ਼ਿਵ ਮੰਦਿਰ ਜਿਹੜਾ ਮੈਂ ਤੁਹਾਨੂੰ ਦਿਨ ਦੇ ਵਿਊ ਦੇ ਵਿੱਚ ਵੀ ਸ਼ਾਇਦ ਦਿਖਾਇਆ ਸੀ, ਹੋ ਸਕਦਾ ਸ਼ਾਇਦ ਮੈਂ ਤੁਹਾਨੂੰ ਨਾ ਦਿਖਾ ਸਕਿਆ ਹਾਂ। ਇਹ ਸ਼ਿਵ ਮੰਦਿਰ ਪ੍ਰੇਮ ਨਗਰ ਦੀ ਨੁੱਕਰ 'ਤੇ। ਇੱਥੇ ਥੋੜ੍ਹੀ ਜਿਹੀ ਆਪਾਂ ਨੂੰ ਚਹਿਲ ਪਹਿਲ ਦਿਖ ਜਾਏਗੀ, ਬਾਕੀ ਜਿਹੜਾ ਰੋਡ ਹੈ ਉਹ ਆਪਾਂ ਨੂੰ ਥੋੜ੍ਹਾ ਜਿਹਾ ਮਤਲਬ ਚਹਿਲ ਪਹਿਲ ਨਹੀਂ ਦਿਖਦੀ ਹੈ ਰੋਡ ਦੀ। ਇਸ ਏਰੀਏ 'ਚ ਆਪਾਂ ਨੂੰ ਥੋੜ੍ਹੀ ਜਿਹੀ ਚਹਿਲ ਪਹਿਲ ਇਸ ਕਰਕੇ ਦਿਖਦੇ ਕਿਉਂਕਿ ਇੱਥੇ ਆਪਾਂ ਨੂੰ ਥੋੜ੍ਹੀ ਜਿਹੀ ਫੈਸਿਲਿਟੀ ਮਿਲ ਜਾਂਦੀ ਹੈ, ਜਿਵੇਂ ਕਿਉਂਕਿ ਇੱਥੇ ਇੱਕ ਪੂਰਾ ਜਿਹੜਾ ਨਗਰ ਹੈ ਉਹ ਪ੍ਰੇਮ ਨਗਰ ਦੇ ਵਿੱਚ ਇੱਕ ਵਧੀਆ ਡਿਵੈਲਪ ਹੋਇਆ ਹੋਇਆ। TVS ਟੂ ਵੀਲਰ ਜਿਹੜੀ ਮੈਂ ਤੁਹਾਨੂੰ ਦਿਨ ਦੇ ਵਿਊ ਦੇ ਵਿੱਚ ਵੀ ਦਿਖਾਈ ਸੀ। ਜੇ ਮੰਨ ਲਓ ਤੁਹਾਨੂੰ ਚੰਗਾ ਲੱਗੇ ਤੁਸੀਂ ਦੱਸਣਾ ਜ਼ਰੂਰ, ਅਤੇ ਬਾਕੀ ਦਾ ਜਿਹੜਾ ਚੈਪਟਰ ਹੈ ਉਸਦੇ ਲਈ ਆਪਾਂ ਮਿਲਾਂਗੇ ਬਹੁਤ ਜਲਦ, ਕੱਲ੍ਹ ਜਾਂ ਫਿਰ ਪਰਸੋਂ ਤੱਕ।
ਅਤੇ ਮੈਂ ਤੁਹਾਨੂੰ ਸ਼ਹਿਰ ਦੇ ਵਿੱਚ ਵੀ ਲੈ ਕੇ ਚੱਲਾਂਗਾ, ਸ਼ਹਿਰ ਦਾ ਭੀੜ ਭੜੱਕਾ ਵੀ ਦਿਖਾਵਾਂਗਾ, ਸੁਬਹਾ ਦੁਪਹਿਰ ਸ਼ਾਮ ਤੁਹਾਨੂੰ ਹਰ ਤਰ੍ਹਾਂ ਦਾ ਵਿਊ ਦਿਖਾਵਾਂਗਾ। ਅਤੇ ਦੋਸਤੋ ਇਹ ਸੀ ਅੱਜ ਦਾ ਆਪਣਾ ਚੈਪਟਰ, ਬਾਕੀ ਆਪਾਂ ਮਿਲਦੇ ਹਾਂ ਬਹੁਤ ਜਲਦ, ਥੋੜ੍ਹਾ ਜਿਹਾ ਵੇਟ ਕਰਨਾ। ਤਦ ਤੱਕ ਦੇ ਲਈ ਗੁੱਡ ਬਾਏ।